ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਜਿਹੜੀ 3 ਦਿਨਾਂ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਹੈ, ਇਸ ਵਿੱਚ ਕਿਹੜੇ ਕਿਹੜੇ ਮੁੱਦੇ ਜੋ ਵਿਚਾਰੇ ਗਏ ਨੇ ਅਤੇ ਕਿਹੜੇ ਕਿਹੜੇ ਸਟੈਪ ਅੱਗੇ ਕਮਿਊਨਿਸਟ ਪਾਰਟੀ ਆਫ ਇੰਡੀਆ ਲੈ ਰਹੀ ਹੈ, ਇਸ ਬਾਰੇ ਅਸੀਂ ਪੰਜਾਬ ਦੇ ਕਾਮਰੇਡ ਹਰਦੇਵ ਅਰਸ਼ੀ ਦੇ ਨਾਲ ਗੱਲਬਾਤ ਕਰਦੇ ਹਾਂ। ਭਾਰਤੀ ਕਮਿਊਨਿਸਟ ਪਾਰਟੀ ਦੀ 3 ਦਿਨਾਂ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਸਮਾਪਤ ਹੋ ਗਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸਾਡੇ ਬਹੁਤ ਹੀ ਪੁਰਾਣੇ ਕਮਿਊਨਿਸਟ ਲੀਡਰ ਡਾਕਟਰ ਜੋਗਿੰਦਰ ਦਿਆਲ ਜੀ ਉਹਨਾਂ ਵੱਲੋਂ ਕੀਤੀ ਗਈ ਹੈ। ਇਸ ਮੀਟਿੰਗ ਨੇ ਬਹੁਤ ਸਾਰੇ ਇਸ਼ੂਜ਼ ਦੇ ਉੱਪਰ ਬਹੁਤ ਸਾਰੇ ਰੈਜੂਲੇਸ਼ਨ ਵੀ ਪਾਸ ਕੀਤੇ ਹੈ, ਜਿੱਦਾਂ ਸਕੈਂਡਲਸ ਕਰਪਸ਼ਨ ਦੇ ਬਾਰੇ, ਪੰਜਾਬ ਦੇ ਬਾਰੇ, ਜਿਹੜਾ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ, ਇਸ ਦੇ ਸੰਬੰਧ ਦੇ ਵਿੱਚ ਮਣੀਪੁਰ ਦੀ ਹਾਲਤ ਲਗਾਤਾਰ ਚਿੰਤਾਤੁਰ ਹੁੰਦੀ ਜਾ ਰਹੀ ਹੈ, ਇਹਦੇ ਸੰਬੰਧ ਦੇ ਵਿੱਚ ਤਾਮਿਲਨਾਡੂ ਦੇ ਬਾਰੇ ਜਿੰਨੇ ਵੀ ਕਰੰਟ ਇਸ਼ੂ ਹਾਈਲਾਈਟ ਹੋ ਰਹੇ ਸੀ ਉਹਨਾਂ ਸਾਰਿਆਂ ਬਾਰੇ ਰੈਜੂਲੇਸ਼ਨ ਵੀ ਅਸੀਂ ਪਾਸ ਕੀਤੇ, ਜਿਹੜੇ ਸਮੇਂ ਸਮੇਂ 'ਤੇ ਪ੍ਰੈਸ ਨੂੰ ਰਿਲੀਜ਼ ਵੀ ਕਰ ਦਿੱਤੇ ਔਰ ਪ੍ਰੈਸ ਦੇ ਵਿੱਚ ਆ ਵੀ ਚੁੱਕੇ, ਕੁਛ ਆ ਜਾਣਗੇ। ਜਿਹੜਾ ਮੇਨ ਡਾਕੂਮੈਂਟ ਸੀ ਸਾਡਾ ਪਾਂਡੀਚਰੀ ਤੋਂ ਲੈ ਕੇ ਜਾਏ, ਕਹਿ ਦਿੱਤਾ ਜਾਏ ਮੋਦੀ ਸਰਕਾਰ ਦਾ ਜਿਹੜਾ 1 ਸਾਲ ਦਾ ਕਾਰਜਕਾਲ ਹੈ, ਇਹਦੀ ਬੜੀ ਡੀਪਲੀ ਜਿਹੜੀ ਹੈ ਗੰਭੀਰਤਾ ਦੇ ਨਾਲ ਗਹਿਰਾਈ ਦੇ ਨਾਲ ਚੀਰਫਾੜ ਕੀਤੀ ਹੈ 3 ਦਿਨਾਂ ਮੀਟਿੰਗ ਨੇ। ਔਰ ਅਸੀਂ ਇਹ ਵੇਖਿਆ ਵੀ 1 ਸਾਲ ਦੇ ਵਿੱਚ ਜਿਹੜਾ ਮੋਦੀ ਸਾਹਿਬ ਦੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਗਏ ਸੀ ਉਹ ਵੀ ਸਾਰੇ ਮਿੱਟੀ ਦੇ ਵਿੱਚ ਮਿਲ ਗਏ ਹੈ। ਜਿਹੜਾ ਲੋਕਾਂ ਨੂੰ ਕਰਪਸ਼ਨ ਫ੍ਰੀ ਸਰਕਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਵੀ ਇਕੱਲਾ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ, ਹੁਣ ਤਾਂ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਲਗਾਤਾਰ ਜਿਹੜੇ ਸਕੈਂਡਲ ਹੈ ਉਹ ਉੱਭਰ ਕੇ ਸਾਹਮਣੇ ਆ ਰਹੇ ਹੈ। ਔਰ ਬੜੀ ਬੇਸ਼ਰਮੀ ਦੇ ਨਾਲ ਜਿਹੜੇ ਲੋਕ ਇਸ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈ, ਇਨਵਾਲਵਮੈਂਟ ਹੈ ਜਿਨ੍ਹਾਂ ਦੀ, ਸਗੋਂ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬਜਾਏ ਸਗੋਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ, ਪ੍ਰੋਟੈਕਟ ਕੀਤਾ ਜਾ ਰਿਹਾ, ਡਿਫੈਂਡ ਕੀਤਾ ਜਾ ਰਿਹਾ। ਕਮਿਊਨਿਸਟ ਪਾਰਟੀ ਨੇ ਇਸ ਗੱਲ ਦੀ ਬੜੀ ਤਕੜੀ ਨਿਖੇਧੀ ਕੀਤੀ ਹੈ। ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਅਸੀਂ ਮੰਗ ਕੀਤੀ ਹੈ ਕਿ ਇੱਕ ਸਪੈਸ਼ਲ SIT ਜਿਹੜੀ ਜਿਹਦੀ ਸੁਪਰਵੀਜ਼ਨ ਸੁਪਰੀਮ ਕੋਰਟ ਵੱਲੋਂ ਕੀਤੀ ਜਾਏ, ਜਿੱਦਾਂ ਵਿਆਪਕ ਕੇਸ ਹੈ ਮੱਧ ਪ੍ਰਦੇਸ਼ ਦਾ, ਔਰ ਇਸੇ ਤਰ੍ਹਾਂ ਜਿਹੜਾ ਮਹਾਰਾਸ਼ਟਰ ਦੇ ਵਿੱਚ ਜੋ ਸਕੈਂਡਲ ਸਾਹਮਣੇ ਆਏ ਹੈ, ਔਰ ਲਲਿਤ ਮੋਦੀ ਵਾਲਾ ਜਿਹੜਾ ਕੇਸ ਹੈ ਇਹ ਸੁਪਰੀਮ ਕੋਰਟ ਦੀ ਅਗਵਾਈ ਦੇ ਥੱਲੇ, ਅਸਲ ਵਿੱਚ ਤਾਂ ਸੁਪਰੀਮ ਕੋਰਟ ਦਾ ਕੋਈ ਓਨਰੇਬਲ ਜੱਜ ਹੀ ਉਸ SIT ਦੀ ਜਿਹੜੀ ਹੈ ਜੇ ਚੇਅਰਮੈਨ ਅਗਵਾਈ ਕਰੇ, ਇਹ ਅਸੀਂ ਵੀ ਮੰਗ ਕੀਤੀ ਹੈ। ਔਰ ਮੋਦੀ ਦੇ ਰਾਜ ਦੇ ਵਿੱਚ ਜਿਹੜਾ ਕਾਲਾ ਧਨ ਵਾਪਸ ਲਿਆਉਣਾ ਸੀ ਉਹ ਵੀ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ, ਔਰ ਸਗੋਂ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਹੈ ਉਹਨਾਂ ਨੂੰ ਲਗਾਤਾਰ ਰਿਆਇਤਾਂ ਦਿੱਤੀਆਂ ਜਾ ਰਹੀਆਂ। 10 ਲੱਖ ਕਰੋੜ ਰੁਪਏ ਦੀਆਂ ਰਿਆਇਤਾਂ 1 ਸਾਲ ਦੇ ਵਿੱਚ ਦਿੱਤੀਆਂ ਗਈਆਂ। ਸਭ ਤੋਂ ਵੱਧ ਫਾਇਦਾ ਜਿਹੜਾ ਅਡਾਨੀ, ਅੰਬਾਨੀ ਔਰ ਟਾਟਾ ਵਗੈਰਾ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਹੈ ਉਹਨਾਂ ਨੂੰ ਮਿਲਿਆ, ਸਗੋਂ ਆਮ ਲੋਕਾਂ ਦੇ ਉੱਪਰ ਭਾਰ ਪਾਇਆ ਜਾ ਰਿਹਾ, ਕਿਸਾਨਾਂ ਦੀ ਖੁਦਕੁਸ਼ੀਆਂ ਵੱਧ ਰਹੀਆਂ ਨੇ, ਔਰ ਮਜ਼ਦੂਰਾਂ ਨੇ ਜਿਹੜੇ ਬਹੁਤ ਲੰਬੇ ਸੰਘਰਸ਼ਾਂ ਦੇ ਬਾਅਦ ਮਜ਼ਦੂਰ ਅਧਿਕਾਰ ਪ੍ਰਾਪਤ ਕੀਤੇ ਸੀ ਉਹਨਾਂ ਅਧਿਕਾਰਾਂ 'ਤੇ ਹਮਲਾ ਬੋਲਿਆ ਜਾ ਰਿਹਾ। ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੇ ਲੇਬਰ ਲਾਅ ਜਿਹੜੇ ਆ ਉਹ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਮਿਊਨਿਸਟ ਪਾਰਟੀ ਨੇ ਇਹਨਾਂ ਸਾਰੇ ਇਸ਼ੂ ਨੂੰ ਗੰਭੀਰਤਾ ਦੇ ਨਾਲ ਵਿਚਾਰਦੇ ਹੋਏ ਆਉਣ ਵਾਲੇ ਸਮੇਂ 'ਚ ਇੱਕ ਤਿੱਖੀ ਲੜਾਈ ਲੜਨ ਦਾ ਫੈਸਲਾ ਕੀਤਾ, ਆਪਣੇ ਪਲੇਟਫਾਰਮ ਤੋਂ ਵੀ ਔਰ ਜਿਹੜੀਆਂ ਦੂਸਰੀਆਂ ਖੱਬੇ ਪੱਖੀ ਪਾਰਟੀਆਂ ਉਹਨਾਂ ਨਾਲ ਵੀ ਸਾਂਝੇ ਤੌਰ 'ਤੇ। ਜਿਸ ਤਰ੍ਹਾਂ ਅਸੀਂ 9 ਅਗਸਤ ਨੂੰ ਕਰਪਸ਼ਨ ਫਰੀ ਇੰਡੀਆ ਦਾ ਨਾਰਾ ਦਿੱਤਾ, 9 ਅਗਸਤ ਇਸ ਕਰਕੇ ਅਸੀਂ ਚਾਹੁੰਦੇ ਵੀ 9 ਅਗਸਤ ਭਾਰਤ ਛੱਡੋ ਅੰਦੋਲਨ ਦੀ ਤਰੀਕ ਹੈ, ਅਤੇ ਅਸੀਂ ਉਸ ਦਿਨ ਜਿਹੜੇ ਕਰਪਟ ਨੇ ਕਰਪਟਾਂ ਨੂੰ ਕਿਹਾ ਕਹਿ ਸੱਦਾ ਦਿੱਤਾ, ਮਤਲਬ ਕਰਪਟਾਂ ਵਾਸਤੇ ਕਿਹਾ ਕਿ ਜੇ ਇਹਨਾਂ ਨੂੰ ਵੀ ਭਾਰਤ ਜਿਹੜਾ ਛੱਡ ਦੇਣਾ ਚਾਹੀਦਾ। ਸੋ 9 ਤਰੀਕ ਨੂੰ ਇਹ ਸਾਰੀਆਂ ਲੈਫਟ ਪਾਰਟੀਆਂ ਵੱਲੋਂ ਇਹ ਦਿਨ ਵੀ ਮਨਾਇਆ ਜਾਏਗਾ। ਸਮੇਂ ਸਮੇਂ 'ਤੇ ਜਿਹੜੀਆਂ ਹੋਰ ਸਟਰਗਲਾਂ ਉਹਨਾਂ ਦੀ ਵੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਅੰਤ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਬਾਰੇ ਇਹ ਪਹਿਲੀ ਵਾਰੀ ਹੈ ਵੀ ਨੈਸ਼ਨਲ ਕੌਂਸਲ ਨੇ ਇਸ ਤਰ੍ਹਾਂ ਦਾ ਇੱਕ ਗਹਿਰਾਈ ਦੇ ਨਾਲ ਜਿਹੜਾ ਰੈਜੂਲੇਸ਼ਨ ਪਾਸ ਕੀਤਾ ਸਰਬਸੰਮਤੀ ਦੇ ਨਾਲ। ਪੰਜਾਬ ਦੀ ਹਾਲਤ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ, ਹਾਲਤ ਲਗਾਤਾਰ ਜਿਹੜੀ ਉਹ ਵਿਗੜ ਰਹੀ ਹੈ, ਅਮਨ ਕਾਨੂੰਨ ਦੀ ਵੀ ਗੁੰਡਾ ਰਾਜ ਸਥਾਪਿਤ ਹੋ ਗਿਆ, ਸਿਵਲ ਪੁਲਿਸ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ, ਸਭ ਦਾ ਅਕਾਲੀਕਰਨ ਕਰ ਦਿੱਤਾ ਗਿਆ, ਡਿਫਰੈਂਟ ਟਾਈਪ ਜਿਹੜੇ ਮਾਫੀਆ ਹੈ ਉਹ ਪੰਜਾਬ ਦੇ ਉੱਪਰ ਡੋਮੀਨੇਟ ਕਰ ਗਏ ਹੈ, ਔਰ ਦਲਿਤਾਂ ਦੇ ਅਤੇ ਔਰਤਾਂ ਦੇ ਉੱਪਰ ਅਤਿਆਚਾਰ ਪੰਜਾਬ ਦੇ ਵਿੱਚ ਵੱਧ ਰਹੇ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਰਹੀਆਂ, ਇੰਡਸਟਰੀ ਬੰਦ ਹੋ ਗਈ ਹੈ। ਕੇਂਦਰ ਸਰਕਾਰ ਜਿਸ 'ਤੇ ਬਾਅਦ ਇਸ ਪੰਜਾਬ ਦੀ ਅਕਾਲੀ BJP ਸਰਕਾਰ ਨੂੰ ਬੜੀਆਂ ਆਸਾਂ ਸੀਆਂ, ਉਹ ਆਸਾਂ 'ਤੇ ਵੀ ਬੂਰ ਨਹੀਂ ਪਿਆ। ਕੇਂਦਰ ਸਰਕਾਰ ਪੱਲਾ ਨਹੀਂ ਫੜਾ ਰਹੀ, ਕੋਈ ਪੰਜਾਬ ਦੀ ਬਾਂਹ ਨਹੀਂ ਫੜੀ ਜਾ ਰਹੀ, ਕੋਈ ਵਿਸ਼ੇਸ਼ ਆਰਥਿਕ ਪੈਕੇਜ ਨਹੀਂ ਦਿੱਤਾ ਜਾ ਰਿਹਾ, ਇੰਡਸਟਰੀ ਬੰਦ ਹੋ ਗਈ ਜਾਂ ਇੰਡਸਟਰੀ ਦੂਜੇ ਰਾਜਾਂ 'ਚ ਸ਼ਿਫਟ ਹੋ ਗਈ ਹੈ। ਅਸੀਂ ਮੰਗ ਕੀਤੀ ਆਪਣੇ ਰੈਜੂਲੇਸ਼ਨ ਦੇ ਵਿੱਚ ਕਿ ਪੰਜਾਬ ਦੀ ਜੋ ਆਰਥਿਕ ਸਥਿਤੀ ਹੈ ਅਤੇ ਇਹਨੂੰ ਇਸ ਦੇ ਵਿੱਚੋਂ ਕੱਢਣ ਵਾਸਤੇ ਘੱਟੋ ਘੱਟ 1 ਲੱਖ ਕਰੋੜ ਰੁਪਏ ਦਾ ਪੈਕੇਜ ਕੇਂਦਰ ਦੀ ਸਰਕਾਰ ਨੂੰ ਦੇਣਾ ਚਾਹੀਦਾ। ਔਰ ਬਾਦਲ ਸਾਹਿਬ ਨੂੰ ਸਿਵਾਏ ਮੋਦੀ ਦੇ ਬਿਆਨਾਂ 'ਤੇ ਸਿਫਤ ਕਰਨ ਦੀ ਬਜਾਏ ਉਹਨਾਂ ਨੂੰ ਸਗੋਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਦੇ ਵਿੱਚ ਲੈ ਕੇ ਕੋਈ ਯੂਨਾਈਟਡਲੀ ਜਿਹੜਾ ਮੋਦੀ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਕਰਨ ਦਾ ਜਿਹੜਾ ਰਾਹ ਤਿਆਰ ਕਰਨਾ ਚਾਹੀਦਾ। ਅਤੇ ਜਿਹੜਾ ਤੁਸੀਂ ਪੰਜਾਬ ਦੀਆਂ ਮੰਗਾਂ ਰੱਖੀਆਂ ਨੇ ਇੱਥੇ ਮੀਟਿੰਗ ਦੇ ਵਿੱਚ, ਤਾਂ ਇਸ ਦੇ ਵਿਰੁੱਧ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਪੰਜਾਬ ਦੇ ਵਿੱਚ ਕੋਈ ਧਰਨੇ CPI ਵੱਲੋਂ ਦਿੱਤੇ ਜਾਣਗੇ? ਅਸੀਂ ਇਕੱਲਾ ਇਹਨਾਂ ਮੰਗਾਂ ਨੂੰ ਜੋੜ ਕੇ ਵੀ ਔਰ ਜਿਹੜੀਆਂ ਬਾਕੀ ਅਸੀਂ 4 ਲੈਫਟ ਪਾਰਟੀਆਂ ਲਗਾਤਾਰ 10-12 ਜਿਹੜੀਆਂ ਬਹੁਤ ਸਾਰੇ ਅਹਿਮ ਸਵਾਲ ਹੈ ਉਹਨਾਂ ਨੂੰ ਲੈ ਕੇ ਆਲਰੇਡੀ ਸੰਘਰਸ਼ ਕਰ ਰਹੇ ਹਾਂ, ਅਤੇ ਉਹ ਸੰਘਰਸ਼ ਦੀ ਅਗਲੀ ਕੜੀ ਅਤੇ 8 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਜੀ ਦੀ ਕੋਠੀ ਦੇ ਅੱਗੇ ਜਿਹੜੀ ਟੌਪ ਲੀਡਰਸ਼ਿਪ ਹੈ, ਆਮ ਮਾਸ ਧਰਨਾ ਨਹੀਂ,
टॉप जिहड़ी लीडरशिप है 100 दे करीब उन्हां वल्लों धरना दिता जा रहा है। 20 तरीक नूं जिला केंद्रां दे उपर बहुत वड्डे धरने दिते जा रहे हैं। अगस्त महीने दे विच पंजाब च कन्वेंशनां दा जिहड़ा दौर है ये हाल की घड़ी आलरेडी असी प्रोग्राम जिहड़ा चैकआउट किया होया है। इहदे विच पंजाब दीआं मंगां नूं भी असी हाईलाइट करांगे। इन्हां एक्शनां तों बाद फरदर जिहड़ा फेर दुबारा होर नवे जिहड़े एक्शन है वह भी प्रपोज जिहड़ी साडी विचारधीन ने। कम्युनिस्ट पार्टी ऑफ इंडिया जिहड़ा पंजाब चों कैडर है उन्हूं काफ़ी नुकसान होया पिछले समय दौरान, उस ते सुधार करन लई की तुसीं अगे स्टैप चक रहे हो? नुकसान होया, मैं थोड़ी इस गल दे नाल सहमत हाँ कि खास करके अतवाद के दौर ने इतों की लैफ्ट मूवमेंट से बहुत वड्डी सटबैक जिहड़ी लाई है। तो ये सारे कारणों असी गहराई दे नाल विचारदे हुए असी बहुत अपनी प्रायोरिटी जिहड़ी है यूथ और स्टूडेंट्स नूं दे रहे हैं, उधर साडी पूरी तवज्जो है ताकि नवा खून पार्टी के लिया जाए। बिहार चोणां बिल्कुल सिरते ने, कम्युनिस्ट पार्टी ऑफ इंडिया बिहार च की रणनीति लैके उतर रही है? बड़ी स्पष्ट है जी, साडी इस नैशनल कौंसल ने फैसला किया कि बिहार के असी कोई जनता परिवार नाल जाण दी भी संभावना नहीं है, बीजेपी नाल तां मतलब ही नहीं, ते असी जिहड़ा खब्बियां पार्टियां दा उत्थे ब्लाक है खब्बियां पार्टियां अपने गठजोड़ दे दम ते उत्थे चोणां लड़नगियां। पंजाब दे जो हालात दिन प्रति दिन गंभीर होंदे जा रहे हैं ते बिहार चोणां सिर ते ने, कम्युनिस्ट पार्टी पंजाब च भी मैदान विच आउण लई तैयार है ते बिहार चोणां विच इकल्ले उतरन दा फैसला कम्युनिस्ट पार्टी ऑफ इंडिया वल्लों कीता गया, बिहार दे चोण नतीजे की निकलदे ने, पंजाब च कम्युनिस्ट पार्टी अगे की होर रणनीतियां लैके आउंदी है तां वक्त ही दसेगा। पर हुण तक लई कैमरामैन जतिंदर शर्मा दे नाल मैं अर्शदीप सिंह, ग्लोबल पंजाब टीवी।